ਨਾ ਕਦੇ ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਸਮਟਾਈਮਸ ਟਰਾਈ ਟੂ ਅੰਡਰਸਟੈਂਡ ਵਨ ਅਨਦਰ। ਯਾਦ ਰੱਖੋ ਪਿਆਰਿਓ, ਘਰਾਂ ਦੇ ਵਿੱਚ ਕਲੇਸ਼, ਲੜਾਈਆਂ ਮਿੱਤਰ ਦੋਸਤਾਂ ਵਿੱਚ ਕਲੇਸ਼ ਅਤੇ ਲੜਾਈਆਂ ਤਾਂ ਹੀ ਆ ਕਿਉਂਕਿ ਆਪਾਂ ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਦ ਹੋਲ ਰੀਜ਼ਨ ਆਫ ਹੈਵਿੰਗ ਆਰਗੂਮੈਂਟਸ ਵਿਦ ਇਨ ਫੈਮਿਲੀਜ਼ ਔਰ ਰੈਲੇਟਿਵਸ ਔਰ ਫਰੈਂਡ ਸਰਕਲ ਇਜ਼ ਬਿਕੋਜ਼ ਵੀ ਡੋਂਟ ਟਰਾਈ ਟੂ ਅੰਡਰਸਟੈਂਡ ਵਨ ਅਨਦਰ। ਆਪਾਂ ਇਹੀ ਗੱਲ ਸਮਝ ਲਈਏ ਕਿ ਮਨ ਨੀਵਾਂ ਮਤ ਉੱਚੀ। ਮਤ ਦਾ ਮਤਲਬ ਅੰਡਰਸਟੈਂਡਿੰਗ, ਨੌਲੇਜ, ਇੱਕ ਦੂਏ ਨੂੰ ਸਮਝਣਾ। ਮਨ ਤਾਂ ਬਹੁਤ ਕੁਛ ਚਾਹੁੰਦਾ ਕਿ ਇਹ ਮੇਰੀ ਗੱਲ ਮੰਨੇ, ਮੇਰੀ ਘਰ ਵਾਲੀ ਮੇਰੇ ਕੰਟਰੋਲ 'ਚ ਆਵੇ, ਘਰ ਵਾਲਾ ਮੇਰੇ ਕੰਟਰੋਲ 'ਚ ਆਵੇ। ਮਨ ਬਹੁਤ ਕੁਛ ਚਾਹੁੰਦਾ, ਪਰ ਮਨ ਨੂੰ ਮਾਰ ਕੇ ਆਪਣੀ ਅੰਡਰਸਟੈਂਡਿੰਗ ਨੂੰ ਸਮਝ ਨੂੰ ਵੱਡਾ ਕਰੋ, ਮਤ ਉੱਚੀ ਲੈ ਕੇ ਆਓ। ਬਾਈ ਬ੍ਰਿੰਗਿੰਗ ਯੋਰ ਅੰਡਰਸਟੈਂਡਿੰਗ ਹਾਈ, ਇਟ ਮੀਨਸ ਬਾਈ ਟੇਕਿੰਗ ਅਵੇ ਦੋਜ਼ ਡਿਜ਼ਾਇਰਸ ਆਫ ਦ ਮਾਈਂਡ। ਦ ਵੇ ਵੀ ਅੰਡਰਸਟੈਂਡ ਦਿਸ, ਮਨ ਨੀਵਾਂ ਮੀਨਸ ਟੂ ਬੀ ਲੋ ਐਂਡ ਦ ਮਤ ਇਜ਼ ਉੱਚੀ ਮੀਨਸ ਹਾਈ। ਇਫ ਵੀ ਅੰਡਰਸਟੈਂਡ ਇਟ ਲਾਈਕ ਦਿਸ, ਇਫ ਇਨ ਅ ਰਿਲੇਸ਼ਨਸ਼ਿਪ ਦੇਰ ਇਜ਼ ਆਰਗੂਮੈਂਟਸ ਹੈਪਨਿੰਗ, ਆਈ ਵਾਂਟ ਟੂ ਡੂ ਦਿਸ ਔਰ ਸ਼ੀ ਵਾਂਟਸ ਟੂ ਡੂ ਦੈਟ, ਵਰਸ ਵਾਈਸ ਐਂਡ ਦ ਆਰਗੂਮੈਂਟਸ ਕੈਰੀ ਔਨ ਮੋਰ ਐਂਡ ਮੋਰ ਐਂਡ ਮੋਰ, ਬਾਈ ਇਨਸਟੈਡ ਆਫ ਹੈਵਿੰਗ ਯੋਰ ਓਨ ਮਾਈਂਡਸ ਡਿਜ਼ਾਇਰ ਦੈਟ ਆਈ ਵਾਂਟ ਇਟ ਲਾਈਕ ਦਿਸ, ਵਾਈ ਨਾਟ ਟਰਾਈ ਟੂ understand, why not try to compromise, why not try to negotiate with one another? That can be within your friend circle. When we say to understand, ਜਦੋਂ ਆਪਾਂ ਕਹਿੰਦੇ ਹਾਂ understand, ਇਹਦਾ ਮਤਲਬ ਇਹ ਆ ਕਿ ਆਪਣੇ ਹੰਕਾਰ ਦੇ ਥੱਲੇ ਖੜ। ਜੇ ਇੱਕ ਦੂਏ ਨੂੰ ਸਮਝਣਾ ਚਾਹੁੰਦਾ, ਆਪਣੀ ਈਗੋ ਮਾਰਨੀ ਪੈਣੀ ਆ। ਟੂ ਅੰਡਰਸਟੈਂਡ ਵਨ ਅਨਦਰ, ਯੂ ਨੀਡ ਟੂ ਕਿਲ ਦੈਟ ਈਗੋ, ਯੂ ਨੀਡ ਟੂ ਸਟੈਂਡ under your ego, because you always want this or my mind desires this. To kill the ego means to take away those mind's desires and stand under your ego and try and understand one another. ਜਦੋਂ ਆਪਣੇ ਈਗੋ ਤੋਂ ਮੈਂ ਚਾਹੁੰਦਾ ਮੈਂ ਇੱਦਾਂ ਕਰਾਂਗਾ, ਉਹ ਮੇਰੇ ਨਾਲ ਇੱਦਾਂ ਹੋਣਾ ਚਾਹੀਦਾ, ਜੇ ਨਾ ਕੀਤਾ ਤਾਂ ਸਾਡੀ ਰਿਲੇਸ਼ਨਸ਼ਿਪ ਖਤਮ, ਇੱਦਾਂ ਕਰਨ ਨਾਲੋਂ ਜੇ ਤੂੰ ਆਪਣੀ ਈਗੋ ਦੇ ਥੱਲੇ ਖੜੂੰਗਾ, ਸਟੈਂਡ ਅੰਡਰ ਕਰੂੰਗਾ, ਫਿਰ ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਕਰ। ਮਨ ਨੀਵਾਂ ਮਤ ਉੱਚੀ, ਇਹ ਪਰਿਵਾਰਾਂ 'ਚ ਹੋ ਸਕਦਾ, ਇਹ ਸਮਾਜ ਵਿੱਚ ਹੋ ਸਕਦਾ, ਇਹ ਮਿੱਤਰ ਦੋਸਤਾਂ ਵਿੱਚ ਹੋ ਸਕਦਾ। ਜੇ ਚਾਹੁੰਦੇ ਹਾਂ ਸਾਡੀ ਰਿਲੇਸ਼ਨਸ਼ਿਪ 100% ਕਾਇਮ ਰਹੇ, ਸਾਡੀ ਰਿਲੇਸ਼ਨਸ਼ਿਪ ਵਧੀਆ ਹੋਵੇ, ਸਾਡੀ ਰਿਲੇਸ਼ਨਸ਼ਿਪ ਖੁਸ਼ੀ ਆਨੰਦਮਈ ਹੋਵੇ, ਤਾਂ ਯਾਦ ਰੱਖੋ ਪਿਆਰਿਓ, ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਦੇ ਨਾ ਕਦੇ ਇਹ ਵੀ ਕਰਿਆ ਕਰੋ। ਸਮਟਾਈਮਸ ਟਰਾਈ ਐਂਡ ਡੂ ਦਿਸ ਇਜ਼ ਵੈਲ, ਅੰਡਰਸਟੈਂਡ ਵਨ ਅਨਦਰ। ਇਫ ਯੂ ਵਾਂਟ ਯੋਰ ਰਿਲੇਸ਼ਨਸ਼ਿਪ ਟੂ ਵਰਕ ਐਂਡ ਯੂ ਵਾਂਟ ਈਚ ਅਦਰ ਟੂ ਬੀ ਹੈਪੀ ਵਿਦ ਵਨ ਅਨਦਰ ਔਰ ਲਾਸਟ ਫੋਰ ਅ ਲੌਂਗ ਪੀਰੀਅਡ, ਦੈਨ ਟਰਾਈ ਐਂਡ ਅੰਡਰਸਟੈਂਡ, ਕੰਪਰੋਮਾਈਜ਼ ਐਂਡ ਨੈਗੋਸ਼ੀਏਟ। ਮਨ ਨੀਵਾਂ ਮਤ ਉੱਚੀ। ਜੇ ਅੱਜ ਦਾ ਕਲਿੱਪ ਵਧੀਆ ਲੱਗਾ, ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ। ਭੁੱਲਿਓ ਨਾ, ਡੋਂਟ ਫੋਰਗੈਟ ਟੂ ਸ਼ੇਅਰ ਵਿਦ ਯੋਰ ਫੈਮਿਲੀ ਫਰੈਂਡਸ ਐਂਡ ਆਲਸੋ ਲਾਈਕ ਐਂਡ ਸਬਸਕ੍ਰਾਈਬ ਟੂ ਆਰ ਸੋਸ਼ਲ ਮੀਡੀਆ ਪਲੈਟਫਾਰਮਸ, ਯੂਟਿਊਬ, ਇੰਸਟਾਗ੍ਰਾਮ, ਟਿਕਟੋਕ ਐਂਡ ਫੇਸਬੁੱਕ, ਨਿਰਵੈਰ ਖਾਲਸਾ ਜਥਾ UK। ਥੈਂਕ ਯੂ ਵੰਸ ਅਗੈਨ। ਮਨ ਨੀਵਾਂ ਮਤ ਉੱਚੀ, ਅੰਡਰਸਟੈਂਡ ਕਰਨਾ, ਸਟੈਂਡ ਅੰਡਰ ਯੋਰ ਈਗੋ, ਅੰਡਰਸਟੈਂਡ ਵਨ ਅਨਦਰ, compromise and negotiate. Thank you once again.